ਅਸਲਾਮ ਅਲੈਕਮ ਜੀ, ਅਸੀਂ ਅੱਜ ਹੋਰ ਆ ਕੇ ਵੀਡੀਓ ਦੇ ਨਾਲ ਹਾਜ਼ਰ ਹੋ ਗਏ ਹਾਂ। ਇੱਕ ਸਾਡੇ ਕੋਲ ਅੱਜ ਨਵੀਂ ਗੱਡੀ ਆਈ ਸੀ, ਕੈਮਰੀ ਟਿਓਟਾ 2007 ਮਾਡਲ, ਅਤੇ ਅਸੀਂ ਕਿਹਾ ਥੋੜ੍ਹਾ ਬਹੁਤ ਇਹਦਾ ਰਿਵਿਊ ਕਰਾਉਂਦੇ ਹਾਂ। ਅਤੇ ਇਹ ਕਿਸੇ ਬੰਦੇ ਨੇ ਦਿਖਾਉਣ ਜਾ ਰਹੇ ਸੀਗੇ, ਅਤੇ ਅਸੀਂ ਕਿਹਾ ਜਾਂਦੇ ਹਾਂ, ਮੈਂ ਮੇਰਾ ਨਾਲ ਉਸਤਾਦ ਮਲਕ ਮੁਦੱਸਰ ਅਤੇ ਚੱਲੇ ਹਾਂ। ਆਇਓ, ਤੁਹਾਨੂੰ ਥੋੜ੍ਹਾ ਬਹੁਤ ਇਹਦਾ ਰਿਵਿਊ ਕਰਾਉਂਦੇ ਹਾਂ, ਅਤੇ ਉਸ ਬੰਦੇ ਨੂੰ ਦਿਖਾਉਂਦੇ ਹਾਂ ਕੀ ਕਹਿੰਦਾ। ਭਾਜੀ, ਸਾਡੇ ਕੋਲ ਗੱਡੀ ਕੈਮਰੀ ਟਿਓਟਾ 2007 ਮਾਡਲ ਨਵੀਂ ਗੱਡੀ ਆਈ ਹੈ ਸਾਡੇ ਕੋਲ ਸੇਲ ਵਾਸਤੇ। ਅਸੀਂ ਚੱਲੇ ਹਾਂ ਬੰਦੇ ਦਿਖਾਉਣ, ਨਾਲੇ ਇਹਦੀਆਂ ਤਸਵੀਰਾਂ ਖਿੱਚ ਕੇ ਕਿਸੇ ਨੂੰ ਸੈਂਡ ਕਰਨੀਆਂ ਵਾ। ਆਹ ਭਾਜੀ, ਗੱਡੀ ਸਾਡੇ ਕੋਲ ਨਵੀਂ ਗੱਡੀ ਆਈ ਹੈ ਕੈਮਰੀ, ਇਹ ਦੇਖੋ। ਥੋੜ੍ਹਾ ਅੰਦਰੋਂ ਤੁਹਾਨੂੰ ਨਿਜ਼ਾਮ ਚੈੱਕ ਕਰਾਉਂਦੇ ਹਾਂ ਇਹਦਾ, ਇਹ ਚੈੱਕ ਕਰੋ। 2007 ਮਾਡਲ ਆ, ਇਹ ਦੇਖੋ ਇਲੈਕਟ੍ਰਿਕ ਸੀਟਾਂ ਹੈ, ਆਟੋਮੈਟਿਕ ਗੱਡੀ ਹੈ, ਫੁੱਲ ਚੈਲ ਮੋਲ, ਫੁੱਲ ਆਪਸ਼ਨ ਗੱਡੀ ਹੈ। ਆਹ ਭਾਈ ਸਾਡਾ ਏਰੀਆ, ਇਹ ਸਾਡੇ ਲਾਗੇ ਹੈਗੀ ਬਿਲਡਿੰਗ, ਇਹਦੇ ਲਾਗੇ ਅਸੀਂ ਰਹੀਦਾ ਹੈ। ਇਹ ਸਾਰਾ ਸਾਡਾ ਏਰੀਆ ਹੈ, ਇਹ ਸਾਰੇ ਏਰੀਆ ਇਹ ਸਾਡੇ ਜੀ ਉਸਤਾਦ ਜੀ। ਆਇਆ ਹੁਣ ਚੱਲ। ਹਾਂਜੀ, ਅਤੇ ਬਾਈ ਜੀ, ਆ ਗੱਡੀ ਦਾ ਤੁਸੀਂ ਰਿਵਿਊ ਦੇਖਿਆ, ਗੱਡੀ ਸਾਡੇ ਕੋਲ ਹੈਗੀ ਆ, ਅਸੀਂ ਮਤਲਬ ਫੁੱਲ ਵਿਹਲੇ ਨੇਗੇ, ਕੰਮ ਸਾਡੇ ਕੋਲ ਹੈਗਾ ਵਾ, ਮਤਲਬ ਕਿ ਗੱਡੀ ਆ ਗਈ, ਲੈ ਲਈ, ਸੇਲ ਕਰ ਲਈ, ਇਹ ਸਾਡੇ ਕੋਲ ਕੰਮ ਹੈਗਾ ਵਾ, ਇਹ ਵੀ ਕਿਤੇ ਮਤਲਬ ਕਿ ਚੱਲ ਜਾਂਦਾ ਵਾ। ਫਿਲਹਾਲ ਅਸੀਂ ਵਿਹਲੇ ਨਹੀਂ ਹੈ, ਕਿਉਂਕਿ ਇੱਕ ਹੁੰਦਾ ਕੰਮ ਅਲੱਤ ਬੁੱਲ ਚੱਲਣਾ, ਪੱਕਾ ਪਤਾ ਹੁੰਦਾ ਵੀ ਇਹ ਕੰਮ ਹੈਗਾ ਵਾ, ਅਸੀਂ ਉਹ ਲੱਭ ਰਹੇ ਹਾਂ ਕਿ ਸਾਨੂੰ ਉਹਨਾਂ ਪਤਾ ਹੋਵੇ ਵੀ ਕੰਮ ਸਾਡਾ ਹੈਗਾ, ਅਸੀਂ ਡੇਲੀ ਜਾਣਾ ਹੋਣਾ। ਇਹ ਬਸ ਗੱਡੀਆਂ ਦਾ ਕੰਮ ਹੈਗਾ ਵਾ, ਥੋੜ੍ਹਾ ਬਹੁਤਾ ਕਰ ਲਈਦਾ ਵਾ, ਕਦੇ ਆ ਜਾਂਦੀ ਹੈ ਸੇਲ ਕਰ ਲਈਦੀ ਹੈ, ਤੋ ਇਹ ਚੱਲਿਆ ਨਿਜ਼ਾਮ ਅਲਹਮਦੁਲਿਲਾ ਥੋੜ੍ਹਾ ਬਹੁਤਾ। ਅਤੇ ਲੇਕਿਨ ਅਸੀਂ ਫੁੱਲ ਵਿਹਲੇ ਨਹੀਂ ਹੈ, ਅਤੇ ਬਾਕੀ ਇਨਸ਼ਾਅੱਲਾ ਮਿਲਦੇ ਖੋ ਨਵੀਂ ਗੱਡੀ ਨਾਲ, ਅਤੇ ਅੱਲਾ ਹਾਫਿਜ਼।